ਹਾਂਜੀ ਰੇਡੀਓ ਹਾਂਜੀ 1674 ਐਮ ਇਸ ਵਕਤ ਤੁਸੀਂ ਟਿਊਨ ਇਨ ਕੀਤਾ ਹੋਇਆ। ਦਿਸ ਇਜ਼ ਯੂਅਰ ਅਵਨਾਰ ਜਬਨੀਤ ਕਰ ਰਿਹਾ, ਸਲਾਮ ਤੇ ਸਤਿ ਸ਼੍ਰੀ ਅਕਾਲ। ਅਤੇ ਇਸ ਵਕਤ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਮੇਰੇ ਨਾਲ ਦਾ ਗੈਂਗ ਹੈ, ਯਾਨੀ ਕਿ ਛੜਾ ਗੈਂਗ ਇਸ ਵਕਤ ਮੇਰੇ ਨਾਲ ਮੌਜੂਦ ਹੈ ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਆ ਕਿਉਂਕਿ ਉਹਨਾਂ ਦੀ ਫਿਲਮ ਆ ਰਹੀ ਹੈ ਜੀ ਛੜਾ 21 ਜੂਨ ਨੂੰ। ਸਵਾਗਤ ਕਰਦੇ ਹਾਂ ਦਲਜੀਤ ਭਾਅ ਜੀ ਦਾ, ਨੀਰੂ ਜੀ ਦਾ ਅਤੇ ਜਗਦੀਪ ਸਿੱਧੂ ਜੀ ਦਾ। ਭਾਅ ਜੀ ਸਤਿ ਸ਼੍ਰੀ ਅਕਾਲ, ਨੀਰੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਜੀ ਤੁਹਾਡੇ ਸਾਰਿਆਂ ਦੇ, ਛੜੇ ਗੈਂਗ ਦਾ ਕੀ ਹਾਲ ਚਾਲ ਹੈ? ਮੈਂ ਤਾਂ ਬਹੁਤ ਐਕਸਾਈਟਿਡ ਹਾਂ, ਸਾਰੇ ਬਹੁਤ ਹੀ ਐਕਸਾਈਟਿਡ ਹਾਂ। ਅੱਛਾ ਜੀ, ਤੇ ਦਲਜੀਤ ਬਾਜੀ ਸਭ ਤੋਂ ਪਹਿਲਾ ਸਵਾਲ ਤੁਹਾਨੂੰ, ਤੁਸੀਂ ਫਿਰ ਕਾਇਲੀ ਜੈਨਰ ਦਾ ਡੈਬਿਊ ਕਰਵਾ ਹੀ ਦਿੱਤਾ ਪੰਜਾਬੀ ਸਿਨੇਮਾ ਦੇ ਵਿੱਚ? ਨਹੀਂ, ਉਹ ਜੱਗੀ ਬਾਜੀ ਉਹਨਾਂ ਨੇ ਕਰਾਇਆ ਕਿਉਂਕਿ ਉਹਨਾਂ ਨੇ ਚੈੱਕ ਤੇ ਉਹਦਾ ਨਾਂ ਰੱਖਿਆ ਉਹਦਾ ਗੁੱਡੀ ਦਾ ਕਾਇਲੀ। ਉਹ ਪਹਿਲਾਂ ਸਕ੍ਰਿਪਟ ਲੈਵਲ ਤੇ ਨਹੀਂ ਸੀਗਾ, ਉਹ ਜਦੋਂ ਅਸੀਂ ਸ਼ੂਟ ਕਰਦੇ ਪਏ ਸੀ ਉਦੋਂ ਜੱਗੀ ਬਾਜੀ ਉਹਨਾਂ ਨੇ ਕਿਹਾ ਕਿ ਇਹਦਾ ਨਾਂ ਕਾਇਲੀ ਰੱਖ ਦਿੰਦੇ ਹਾਂ। ਚੰਗੀ ਨਹੀਂ ਲੱਗਦੀ ਲਾਈਕ ਐਕਟਿੰਗ ਕਰਨਾ? ਓਬਵੀਅਸਲੀ ਤੁਹਾਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ, ਇਸੇ ਕਰਕੇ ਮੂਵੀਜ਼ ਕਰਦੇ ਹੋ। ਉਸ ਤੋਂ ਬਾਅਦ ਡਬਿੰਗ ਆ ਜਾਂਦੀ ਹੈ, ਪ੍ਰਮੋਸ਼ਨ ਆ ਜਾਂਦੇ ਆ ਮੂਵੀ ਦੇ ਵਿੱਚ, ਰੋਮਾਂਟਿਕ ਸੀਨ, ਡਾਂਸ ਕਰਨਾ, ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਲੱਗਦੀ ਯਾਰ ਇਹ ਤਾਂ ਮੈਂ ਬੋਰ ਹੋ ਗਿਆ ਯਾਰ, ਇਹ ਨਾ ਹੁਣ ਹੁੰਦੀ ਨਹੀਂ ਇਹ ਚੀਜ਼? ਸਭ ਤੋਂ ਔਖੀ ਭਾਜੀ ਹੈਗੀ ਪ੍ਰਮੋਸ਼ਨ ਕਰਨੀ, ਸਾਰੀ ਜਗ੍ਹਾ ਕਹਿਣਾ ਪੈਣਾ ਏਦਾਂ ਵੀ ਚਲੋ ਜ਼ਰੂਰੀ ਵੀ ਹੈ, ਮੈਂ ਏਦਾਂ ਨਹੀਂ ਕਹਿੰਦਾ, ਜ਼ਰੂਰੀ ਹੈ, ਇਹਦੇ ਨਾਲ ਅਵੇਅਰਨੈਸ ਆਉਂਦੀ ਹੈ। ਪਰ ਵੈਸੇ ਤੁਸੀਂ ਪੁੱਛਿਆ ਕਿ ਟਫ ਕੀ ਹੈ ਸਭ ਤੋਂ ਜ਼ਿਆਦਾ ਫਿਲਮ ਦੇ ਪੂਰੇ ਜਰਨੀ ਦੇ ਵਿੱਚ, ਤਾਂ ਜਿਹੜੀ ਪ੍ਰਮੋਸ਼ਨ ਕਰਨੀ ਉਹ ਸਭ ਤੋਂ ਟਫ ਹੈ, ਪਰ ਹੈ ਤਾਂ ਜ਼ਰੂਰੀ ਹੈ ਇਹਦੇ ਜੀ। ਤੇ ਨੀਰੂ ਜੀ ਤੁਹਾਨੂੰ ਇਹੀ ਚੀਜ਼ ਲੱਗਦੀ ਹੈ ਕਿ ਕੁਝ ਹੋ ਰਿਹਾ ਤੁਹਾਡੇ ਵਾਸਤੇ ਟਫ? ਨਹੀਂ ਜੀ, ਬਿਲਕੁਲ ਪ੍ਰਮੋਸ਼ਨ ਵੀ ਥੋੜੀ ਔਖੀ ਲੱਗਦੀ ਹੈ। ਕਿਹੜਾ ਸਵਾਲ ਹਮੇਸ਼ਾ ਪ੍ਰਮੋਸ਼ਨ ਦੇ ਵਿੱਚ ਜਦੋਂ ਕਰਦੇ ਹੋ, ਹਰ ਕੋਈ ਇੰਟਰਵਿਊ ਰੇਡੀਓ ਤੇ ਇੰਟਰਵਿਊ ਕਰਦੇ ਹੋ, ਨਿਊਜ਼ ਪੇਪਰ ਵਾਲਿਆਂ ਵੱਲ ਜਾਂਦੇ ਹੋ, ਈ ਮੈਗਜ਼ੀਨਸ ਹੁੰਦੇ ਆ ਉਹਨਾਂ ਵੱਲ ਜਾਂਦੇ ਹੋ, ਤੇ ਇੱਕ ਸਵਾਲ ਹਰ ਕੋਈ ਪੁੱਛਦਾ, ਕਰੈਕਟਰ ਬਾਰੇ ਦੱਸੋ ਜਾਂ ਕੋਈ ਦੱਸੋ, ਕਿਹੜਾ ਸਵਾਲ ਤੰਗ ਕਰਦਾ ਯਾਰ? ਫਿਰ ਉਹੀ ਸਵਾਲ ਸਾਰੇ ਆਹੀ ਪੁੱਛਦੇ ਆ ਕਿ ਕੋਈ ਉਹ ਮੈਮੋਰੇਬਲ ਮੂਮੈਂਟ ਕੀ ਸੀ। ਚਲੋ ਮੈਂ ਨਹੀਂ ਪੁੱਛਾਂਗਾ ਫਿਰ। ਓਕੇ, ਇੱਕ ਸਵਾਲ ਜਿਹੜੇ ਹੋਰ ਸਾਰੇ ਪੁੱਛਦੇ ਹੋਣੇ ਦੁਬਾਰਾ ਨਹੀਂ, ਪਰ ਮੈਂ ਤੁਹਾਨੂੰ ਉਹਦਾ ਡਿਫਰੈਂਟ ਕਰਕੇ ਪੁੱਛ ਰਿਹਾ। ਦਲਜੀਤ ਭਾਅ ਜੀ ਤੁਹਾਡੇ ਲਈ ਵੀ ਸਵਾਲ ਹੈ, ਨੀਰੂ ਜੀ ਤੁਹਾਡੇ ਲਈ ਵੀ ਕੁਇਕ ਲੈਟਸ ਸੀ ਕਿ ਕੌਣ ਆਨਸਰ ਦਿੰਦਾ। ਦਲਜੀਤ ਤੇ ਨੀਰੂ ਜੀ ਤੁਸੀਂ ਇੱਕ ਦੂਜੇ ਨਾਲ ਦੋਨਾਂ ਨਾਲ ਕਿੰਨੀਆਂ ਫਿਲਮਾਂ ਕੀਤੀਆਂ ਹੁਣ ਤੱਕ ਟੋਟਲ? ਅਰੇ ਵਾਹ, ਕਿਆ ਬਾਤ ਹੈ ਜੀ, ਬਿਲਕੁਲ ਜੀ ਬਿਲਕੁਲ ਸਹੀ ਜਵਾਬ ਕੁਇਕਲੀ ਦਿੱਤਾ। ਲੇਕਿਨ ਹਾਂ, ਮੇਲ ਕਰਾ ਦੇ ਰੱਬਾ ਦੇ ਵਿੱਚ ਦਲਜੀਤ ਭਾਅ ਜੀ ਆਏ ਸੀ, ਲੇਕਿਨ ਐਂਡ ਵਿੱਚ ਆਏ ਸੀ ਉਹ, ਆਈ ਥਿੰਕ ਇਕੱਠਿਆਂ ਦਾ ਕੋਈ ਸੀਨ ਨਹੀਂ ਸੀ, ਉਹ ਸਿਰਫ ਇੱਕ ਕੈਮਿਓ ਸੀ ਜਦੋਂ ਗਿੱਪੀ ਗਰੇਵਾਲ ਦੇ ਨਾਲ ਆਉਂਦੇ ਨੇ ਭਾਅ ਜੀ, ਅਤੇ ਫਿਫਥ ਵਨ ਹੈ ਬਿਲਕੁਲ ਜੀ। ਅਤੇ ਭਾਅ ਜੀ ਇੰਨੀ ਦੇਰ ਬਾਅਦ ਲਾਸਟ ਫਿਲਮ ਸਰਦਾਰ ਜੀ ਸੀ, ਦੋਨਾਂ ਨੂੰ ਮਤਲਬ ਕਿਸ ਤਰੀਕੇ ਦਾ ਦੁਬਾਰਾ ਓਬਵੀਅਸਲੀ ਇਕੁਏਸ਼ਨ ਤਾਂ ਫਰੈਂਡਲੀ ਹੋਣੀ ਆ, ਕੰਫਰਟੇਬਲ ਮਾਹੌਲ ਹੋਣਾ ਆ, ਅਤੇ ਕੁਛ ਨਵਾਂ ਕੀ ਲੱਗਾ ਕਿ ਯਾਰ ਚੇਂਜ ਹੋਇਆ ਇੱਕ ਦੂਜੇ ਦੇ ਵਿੱਚ? ਜਗਦੀਪ ਭਾਅ ਜੀ ਨਾਲ ਅਸੀਂ ਪਹਿਲੀ ਵਾਰੀ ਕੰਮ ਕਰ ਰਹੇ ਸੀ, ਅਤੇ ਉਹਨਾਂ ਦੀ ਲੇਖਣੀ, ਜਿਸ ਹਿਸਾਬ ਨਾਲ ਡਾਇਲੋਗ ਲਿਖਦੇ ਆ, ਜਿਸ ਹਿਸਾਬ ਨਾਲ ਉਹ ਸੀਨ ਲਿਖਦੇ ਆ, ਉਹ ਸਾਡੇ ਮਤਲਬ ਦੋਨਾਂ ਲਈ ਨਵਾਂ ਸੀ। ਨੀਰੂ ਜੀ ਨੇ ਪਹਿਲਾਂ ਕੀਤਾ ਉਹਨਾਂ ਨਾਲ ਕੰਮ, ਐਜ਼ ਐਨ ਭਾਅ ਜੀ ਨੇ ਉਹਨਾਂ ਦੀ ਫਿਲਮ ਜਿਹੜੀਆਂ ਉਹਨਾਂ ਨੇ ਕੰਮ ਕੀਤਾ, ਬਟ ਮੈਂ ਫਸਟ ਟਾਈਮ ਭਾਅ ਜੀ ਨਾਲ ਕੰਮ ਕਰ ਰਿਹਾ ਸੀ ਔਰ ਨੀਰੂ ਜੀ ਇਸ ਫਿਲਮ 'ਚ ਸੀਗਾ, ਤਾਂ ਸਾਡੇ ਲਈ ਇਹ ਨਵਾਂ ਸੀਗਾ ਕਿ ਡਾਇਲੋਗ ਦੀ ਜਿਹੜੀ ਸ਼ੈਲੀ ਸੀ ਉਹ ਵੱਖਰੀ ਸੀ, ਅਤੇ ਸੀਨ ਵੀ ਜਿਹੜੇ ਉਹਨਾਂ ਦਾ ਮੂਡ ਸੀ ਉਹ ਡਿਫਰੈਂਟ ਸੀ। ਇਸ ਕਰਕੇ ਜਿਹੜਾ ਇੱਕ ਫਲੇਵਰ ਜੱਟ ਐਂਡ ਜੂਲੀਅਟ ਦਾ ਜੱਗੀ ਭਾਅ ਜੀ ਉਹਨਾਂ ਨੇ ਦਿਮਾਗ 'ਚ ਰੱਖਿਆ ਕਿ ਨਹੀਂ ਆਉਣਾ ਚਾਹੀਦਾ, ਲੋਕ ਇਹ ਰਹਿਣ ਵੀ ਉਦੋਂ ਉੱਦਾਂ ਦੀ ਵੀ ਕਹਿੰਦੇ ਮਾਨ ਆ, ਅਤੇ ਪਰ ਉਹ ਇੱਕ ਫਾਇਦਾ ਵੀ ਹੋਇਆ ਕਿਉਂਕਿ ਜੇ ਅਸੀਂ ਇਕੱਠੇ ਸੀ ਤਾਂ ਓਬਵੀਅਸਲੀ ਉਹ ਜਿਹੜੀ ਨੋਕ ਝੋਕ ਆ ਜੱਟ ਐਂਡ ਜੂਲੀਅਟ 'ਚ ਉਹ ਬਦਲਣੀ ਹੀ ਹੈ ਕਿਉਂਕਿ ਲੋਕਾਂ ਨੇ ਆਲਰੇਡੀ ਦੇਖੀ ਆ। ਬਿਲਕੁਲ, ਪਰ ਉਹਦੇ ਨਾਲ ਦੇ ਨਾਲ ਇੱਕ ਨਵਾਂਪਨ ਜਿਹੜਾ ਕਹਾਣੀ ਦਾ ਡਾਇਲੋਗ ਦਾ ਜਿਹੜਾ ਆ ਗਿਆ ਉਹਦੇ ਨਾਲ ਹੋਰ ਵੀ ਜ਼ਿਆਦਾ ਜਿਹੜਾ ਉਹ ਇੰਟਰਸਟਿੰਗ ਹੋ ਗਿਆ, ਮੈਨੂੰ ਪਰਸਨਲੀ ਤਾਂ ਲੱਗਦਾ ਹੋਰ ਵੀ ਜ਼ਿਆਦਾ ਇੰਟਰਸਟਿੰਗ ਹੋ ਗਿਆ, ਨਵਾਂ ਹੋ ਗਿਆ ਸਾਡੇ ਲਈ ਵੀ, ਅਤੇ ਆਡੀਅੰਸ ਵੀ ਜਿਹਨਾਂ ਨੇ ਆਲਰੇਡੀ ਸਾਡੀਆਂ ਫਿਲਮਾਂ ਦੇਖੀਆਂ ਚਾਰ, ਉਹਨਾਂ ਨੂੰ ਉਹ ਸਵਾਦ ਵੀ ਹੋਣਾ ਪੁਰਾਣੇ ਵਾਲਾ ਅਤੇ ਨਵੀਆਂ ਚੀਜ਼ਾਂ ਵੀ ਸਾਰੀਆਂ ਮਿਲਣੀਆਂ, ਸੋ ਮੈਂ ਇਸ ਗੱਲ ਲਈ ਕਾਫੀ ਐਕਸਾਈਟਿਡ ਹਾਂ। ਓਕੇ, ਤਾਂ ਮੈਂ ਸਵਾਲ ਪੁੱਛਣਾ ਚਾਹੁੰਦਾ ਜਗਦੀਪ ਭਾਈ ਨੂੰ। ਜਗਦੀਪ ਭਾਅ ਜੀ ਛੜਾ ਪਹਿਲਾਂ, ਇਸ ਤੋਂ ਪਹਿਲਾਂ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੀਆਂ ਸਕ੍ਰਿਪਟ ਲਿਖ ਚੁੱਕੇ ਹੋ, ਸਾਰੀਆਂ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਡਿਫਰੈਂਟ ਹੁੰਦੀਆਂ ਨੇ, ਹੁਣ ਛੜਾ ਮਤਲਬ ਛੜੇ ਦਾ ਆਈਡੀਆ ਕਿੱਥੋਂ ਆਇਆ? ਆਸ ਪਾਸ ਦੇ ਲੋਕ ਤੁਸੀਂ ਦੇਖੇ ਨੇ ਜਿਹੜੇ ਛੜੇ ਸੀ, ਜਾਂ ਕੀ ਨਿਕਲ ਕੇ ਆਇਆ, ਮਤਲਬ ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਸਟੋਰੀ ਆਈ ਛੜੇ ਦੀ? ਪਹਿਲੀ ਜੋ ਛੜੇ ਦਾ ਆਈਡੀਆ ਸੀਗਾ ਉਹ ਦਲਜੀਤ ਭਾਜੀ ਦਾ ਸੀਗਾ। ਓਕੇ, ਕਿ ਉਹਨਾਂ ਦਾ ਆਈਡੀਆ ਸੀ ਵੀ ਆਪਾਂ ਛੜੇ ਤੇ ਕੋਈ ਫਿਲਮ ਕਰੀਏ, ਕਿਉਂਕਿ ਛੜਾ ਸਾਡੇ ਇੰਨਾ ਹੀ ਸੀ ਭਾਜੀ, ਬਸ ਆਈਡੀਆ ਨਹੀਂ, ਇੰਨਾ ਹੀ ਸੀ ਕਿ ਛੜੇ ਤੇ ਫਿਲਮ ਕਰਨੀ ਹੈ, ਬਾਕੀ ਆਈਡੀਆ ਫਿਰ ਭਾਜੀ ਨੇ ਘੜਿਆ। ਓਕੇ, ਤੇ
ਹਾਂਜੀ ਭਾਜੀ, ਤੇ ਉਸ ਤੋਂ ਬਾਅਦ ਤੁਹਾਨੂੰ ਕਿੱਦਾਂ ਪ੍ਰੋਸੀਡ ਕੀਤਾ ਕਿ ਕਿਹੜੀਆਂ ਕਿਹੜੇ ਐਲੀਮੈਂਟਸ ਪਾਉਣੇ ਨੇ, ਆਸ ਪਾਸ ਕੁਛ ਪੜ੍ਹਿਆ ਉਸ ਤੋਂ ਪਹਿਲਾਂ ਜਾਂ ਪਹਿਲਾਂ ਕੋਈ ਛੜਿਆਂ 'ਤੇ ਫਿਲਮਾਂ ਬਣੀਆਂ ਉਹ ਦੇਖੀਆਂ, ਲੇਕਿਨ ਪੰਜਾਬੀ ਸਿਨੇਮਾ 'ਚ ਤਾਂ ਮੈਨੂੰ ਲੱਗਦਾ ਲਾਸਟ ਈਅਰ ਆਈ ਸੀ ਇੱਕ ਭੱਜੋ ਵੀਰ ਹੋਵੇ ਨਾ, ਉਹ ਵੀ ਥੋੜ੍ਹੀ ਡਿਫਰੈਂਟ ਕਾਇੰਡ ਦੀ ਸੀ ਫਿਲਮ, ਲੇਕਿਨ ਇਹ ਕੰਪਲੀਟਲੀ ਡਿਫਰੈਂਟ ਹੈ, ਇੱਕ ਪੂਰੀ ਮਤਲਬ ਬਹੁਤ ਜ਼ਿਆਦਾ ਹਾਸੇ ਵਾਲੀ ਹੈ, ਬਹੁਤ ਜ਼ਿਆਦਾ ਐਂਟਰਟੇਨਮੈਂਟ ਹੈ ਇਹਦੇ ਵਿੱਚ, ਅਤੇ ਕੀ ਕੁਛ ਦੇਖਿਆ, ਕੀ ਕੁਛ ਪੜ੍ਹਿਆ ਇਸ ਸਕ੍ਰਿਪਟ ਨੂੰ ਬਣਾਉਣ ਵਾਸਤੇ? ਭਾਜੀ ਜਿਹੜਾ ਥੋੜਾ ਬਹੁਤ ਉਦਮ ਕੀਤਾ ਬਚਪਨ ਤੋਂ ਲੈ ਕੇ ਉਹ ਚੀਜ਼ਾਂ ਸੀ, ਬਾਕੀ ਮੈਂ ਬੋਲੀਆਂ ਬਹੁਤ ਸੁਣੀਆਂ ਅੱਡ ਅੱਡ ਬੁੜੀਆਂ ਤੋਂ, ਹਨਾ, ਮੇਰੀ ਭੂਆ ਨੂੰ ਜਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਿ ਮੈਨੂੰ ਛੜੇ ਤੇ ਬੋਲੀਆਂ ਭੇਜੋ, ਹਨਾ, ਤਾਂ ਉਹਨਾਂ ਬੋਲੀਆਂ ਦੇ ਵਿੱਚੋਂ ਛੜੇ ਦੀਆਂ ਗੱਲਾਂ ਆਪੇ ਨਿਕਲੇ ਆਉਂਦੀਆਂ ਜੀ, ਉਹਦੇ ਲਈ ਸਾਡੀ ਮਾਮੀ ਲਈ ਮੈਂ ਗਿਆ ਸੀ ਦੇਖਣ, ਆਪਣੀ ਮੰਮੀ ਉਹਨਾਂ ਦੇ ਨਾਲ, ਤੇ ਜਿੱਦਾਂ ਕੁੜੀ ਐਂਟਰ ਹੋਈ ਸੀ ਜਿੱਦਾਂ ਸਿਰ ਤੇ ਚੁੰਨੀ ਲਈ ਪੂਰੀ ਕੰਨ ਦੇ ਕੋਲੋਂ ਲਪੇਟ ਕੇ, ਤੇ ਫਿਰ ਉਹ ਆ ਕੇ ਜਿੱਦਾਂ ਬੈਠੀ ਜਿੱਦਾਂ ਗੱਲ ਕਰਦੀ ਪਈ ਸੀ, ਮੇਰੇ ਇੱਕਦਮ ਹੀ ਉਹ ਸੀਨ ਯਾਦ ਆ ਗਿਆ ਜਦੋਂ ਭਾਈ ਨੇ ਲਿਖਿਆ ਨਾ ਉਹ, ਤੇ ਮੈਂ ਬਹੁਤ ਨਿੱਕਾ ਹੁੰਦਾ ਸੀ ਤੇ ਮੈਂ ਪਹਿਲੀ ਵਾਰੀ ਆਪਣੇ ਮਾਮੀ ਆਪਣੀ ਦੇਖਣ ਗਿਆ ਸੀ, ਪਰ ਉੱਥੇ ਵਿਆਹ ਨੀ ਸੀ ਹੋਣਾ, ਤੇ ਅਸੀਂ ਵੀ ਖਾ ਪੀ ਕੇ ਮੁੜਿਆ ਸੀ, ਤੇ ਇੱਥੇ ਵੀ ਇੱਦਾਂ ਹੀ ਆ ਭਾਜੀ, ਉਹਦਾ ਵਿਆਹ ਨੀ ਹੁੰਦਾ ਖਾ ਪੀ ਕੇ ਮੁੜਿਆ ਆਉਂਦਾ ਬੰਦਾ, ਤੇ ਐਕਚੁਲੀ ਉੱਥੇ ਸਾਡਾ ਮਾਮਾ ਨੀ ਸੀ ਪਸੰਦ ਆਇਆ ਉਹਨਾਂ ਨੂੰ, ਅਸੀਂ ਨੀ ਸੀ ਮਿਲਿਆ, ਇੱਥੇ ਵੀ ਇੱਦਾਂ ਹੀ ਇੱਥੇ ਮੁੰਡਾ ਨੀ ਪਸੰਦ ਆ, ਇੱਥੇ ਵੀ ਮੁੰਡਾ ਨੀ ਪਸੰਦ ਆ ਰਿਹਾ, ਉਹਨਾਂ ਨੂੰ ਵੀ ਪਸੰਦ ਨੀ ਰਿਹਾ, ਅਸੀਂ ਬਾਅਦ ਚ ਪੁੱਛਿਆ ਵੀ ਭਾਜੀ ਕੀ ਚੱਕਰ ਚੱਲਿਆ ਹਨਾ ਜੀ, ਬਈ ਜਿਹੜਾ ਮੈਨੂੰ ਯਾਦ ਆ ਪੁੱਛਣੀ ਇੰਨੀਆਂ ਬੁੜੀਆਂ, ਮੇਰੇ ਮੰਮੀ ਪੁੱਛਦੇ ਸੀ ਵੀ ਭੈਣ ਜੀ ਕੀ ਗੱਲ ਹੋਈ ਹੈ, ਤੇ ਉਹ ਕਹਿੰਦੇ ਬਸ ਅਸੀਂ ਇਹਨਾਂ ਤੁਹਾਨੂੰ ਪਤਾ ਹੀ ਆ ਲੋਕੀ ਗੱਲ ਕਰ ਦਿੰਦੇ, ਉਹਨਾਂ ਨੇ ਵੀ ਲੋਕਾਂ ਤੇ ਪਾ ਸੀਗਾ, ਇਹ ਗੱਲਾਂ ਤਾਂ ਇਹ ਗੱਲਾਂ ਆਲਰੇਡੀ ਮਤਲਬ ਸਾਡੀ ਸਾਡੇ ਕਲਚਰ ਦੀਆਂ ਇਹ ਗੱਲਾਂ, ਇਹ ਈਵਨ ਮੈਂ ਜਦੋਂ ਗੁਰਦੁਆਰਾ ਸਾਹਿਬ ਚੱਲਦਾ ਪਲੇ ਕਰਦਾ ਹੁੰਦਾ ਸੀ ਉਦੋਂ ਵੀ ਗੁਰਦੁਆਰੇ ਵੀ ਇੱਦਾਂ ਦੇਖ ਦਿਖਾਈ ਹੁੰਦੇ ਹੁੰਦੇ ਸੀਗੇ, ਤੇ ਕੁੜੀ ਵਾਲੇ ਆਉਂਦੇ ਸੀ ਮੁੰਡੇ ਵਾਲੇ ਆਉਂਦੇ ਸੀ, ਇਹ ਚੀਜ਼ਾਂ ਦੇਖੀਆਂ ਮੈਂ, ਜਦੋਂ ਜੱਗੀ ਭਾਈ ਨੇ ਲਿਖੀਆਂ ਫਿਰ ਇੱਕਦਮ ਮੇਰੇ ਉਹ ਸਕੀਮ ਦਿਮਾਗ ਚ ਆ ਗਿਆ, ਫਿਰ ਉਸ ਹਿਸਾਬ ਨਾਲ ਕੀ, ਥੈਂਕ ਯੂ ਭਾਈ ਤੁਹਾਨੂੰ ਪਸੰਦ ਆ, ਨਹੀਂ ਨਹੀਂ ਥੈਂਕ ਯੂ ਭਾਜੀ, ਤੇ ਅਨੀਰੂ ਜੀ ਤੁਹਾਡਾ ਕਿਹੜਾ ਫੇਵਰੇਟ ਸੀਨ ਹੈ ਇਸ ਫਿਲਮ ਦੇ ਵਿੱਚੋਂ, ਇੱਕ ਕੋਈ ਡਾਇਲੋਗ ਹੋਵੇ ਜਿਹੜਾ ਤੁਹਾਡਾ ਫੇਵਰੇਟ, ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਵੇ? ਇੱਕ ਡਾਇਲੋਗ ਆ ਬੰਦਾ ਮੈਂ ਸੈਚ ਮਾਰਨਾ, ਉਹ ਮੇਰਾ ਫੇਵਰੇਟ ਲਾਈਨ, ਤੇ ਇੱਕ ਚਲੋ ਨੀਰੂ ਜੀ ਤੁਹਾਡੇ ਵਾਸਤੇ ਸਵਾਲ ਫਿਲਮ ਦੇ ਵਿੱਚੋਂ ਟ੍ਰੇਲਰ ਦੇ ਵਿੱਚੋਂ, ਦਿਲਜੀਤ ਜੀ ਇੱਕ ਕਹਿੰਦੇ ਨੇ ਕਿ ਜਿਹੜੇ ਜਾਪਾਨੀ ਲੋਕ ਨੇ, ਕਿੰਨੇ ਪਰਸੈਂਟ ਜਾਪਾਨੀ ਲੋਕ ਵਿਆਹ ਨਹੀਂ ਕਰਵਾ ਰਹੇ, ਕਿੰਨੇ ਪਰਸੈਂਟ ਆ ਉਹ? 30-40% ਹੈ ਜਿਹੜੇ ਵਿਆਹ ਨਹੀਂ ਕਰਾ ਰਹੇ, ਮੈਨੂੰ ਲੱਗਾ ਸੀ ਸਿਰਫ ਡਾਇਲੋਗ ਆ ਪੂਰੀ ਫਿਲਮ ਦੇ ਵਿੱਚ, ਮੈਂ ਇਹ ਤੋਂ ਕੋਈ ਡਾ ਤਵੱਜੋ ਦਿੱਤੀ ਨਹੀਂ, ਮੈਂ ਡਾਇਲੋਗ ਬੋਲਦਾ ਭਾਈ ਨੇ ਲਿਖਿਆ ਸੀ, ਤੇ ਮੈਨੂੰ ਲੱਗਾ ਇੱਦਾਂ ਹਾਸੇ ਵਾਲੀ ਫਿਲਮ ਆ, ਹਾਸੇ ਦੇ ਹਿਸਾਬ ਨਾਲ ਬੋਲਦਾ ਹੋਣਾ, ਤੇ ਪਰ ਮੈਂ ਬਾਅਦ ਜਦੋਂ ਟ੍ਰੇਲਰ ਰਿਲੀਜ਼ ਹੋਇਆ, ਜਦੋਂ ਸਾਰੇ ਜਾਣੇ ਕਮੈਂਟ ਕਰਨ ਲੱਗ ਪਏ ਉਹਦੇ ਤੇ ਵੀ 30-40% ਛੜਾ ਜਾਪਾਨੀ ਸੋਚ, ਫਿਰ ਮੈਂ ਭਾਜੀ ਨੂੰ ਪੁੱਛਿਆ, ਮੈਂ ਕਿਹਾ ਯਾਰ ਬਈ ਇਹ ਸੱਚੀ ਆ? ਉਹ ਕਹਿੰਦੇ ਹਾਂ ਸੱਚੀ ਆ, ਮੈਂ ਤਾਂ ਰਿਸਰਚ ਕਰਕੇ ਪਾਇਆ ਝੂਠੀ ਗੱਲ ਦੱਸੋ, ਮੈਂ ਤਾਂ ਇੱਦਾਂ ਬੋਲਦੀ ਸੀ, ਪਰ ਉਦਾਂ ਜਗਦੀਪ ਭਾਈ ਉਹਨਾਂ ਨੇ ਇਹਦੇ ਤੇ ਰਿਸਰਚ ਕਰਕੇ ਇਹਨੂੰ ਫਿਲਮ 'ਚ ਪਾਇਆ ਹਾਂ। ਅਤੇ ਭਾਅ ਜੀ ਗਾਣੇ ਫਿਲਮ ਦੇ ਸਾਰੇ ਹਿੱਟ ਹੋ ਰਹੇ, ਚਾਹੇ ਮਹਿਫਲ ਹੋਵੇ, ਮਹਿੰਦੀ, ਐਕਸਪੈਂਸਿਵ, ਛੜਾ ਗਾਣਾ ਬਹੁਤ ਜ਼ਿਆਦਾ ਹਿੱਟ ਹੋ ਰਿਹਾ, ਛੜਾ ਸਿਰਫ ਇੱਕ ਪ੍ਰਮੋਸ਼ਨਲ ਸੌਂਗ ਆ, ਫਿਲਮ ਦੇ ਐਂਡ ਵਿੱਚ ਆਉਂਦਾ, ਮਤਲਬ ਇਹ ਚੀਜ਼ ਕਹੀ ਜਾ ਰਹੀ ਆ? ਨਹੀਂ ਟੋਮੀ, ਟੋਮੀ ਵੀ ਨਹੀਂ, ਟੋਮੀ ਵੀ ਫਿਲਮ ਦੇ ਵਿੱਚ ਆ, ਓਕੇ ਜੀ, ਫਿਲਮ ਦੀ ਸ਼ੁਰੂਆਤ ਹੀ ਟੋਮੀ ਤੋਂ ਹੁੰਦੀ ਹੈ, ਓਕੇ, ਹਾਂਜੀ ਹਾਂਜੀ। ਤੇ ਤੁਹਾਡਾ ਕਿਹੜਾ ਫੇਵਰੇਟ ਗਾਣਾ ਇਹਨਾਂ ਸਾਰਿਆਂ ਵਿੱਚੋਂ ਜਿਹੜਾ ਤੁਸੀਂ ਸਾਡੇ ਆਡੀਅੰਸ ਨੂੰ ਹੁਣ ਦੋ ਲਾਈਨਾਂ ਸੁਣਾਉਣਾ ਚਾਹੋਗੇ? ਗਾਣੇ ਭਾਜੀ ਅਸੀਂ ਜਿੱਦਾਂ ਸਿਚੁਏਸ਼ਨ ਦੇ ਹਿਸਾਬ ਨਾਲ ਹੀ ਟਰਾਈ ਕੀਤੇ ਕਿ ਸਿਚੁਏਸ਼ਨ ਦੇ ਹਿਸਾਬ ਨਾਲ ਗਾਣੇ ਬਣਨ, ਉਦਾਂ ਐਵੇਂ ਨਾ ਕੋਈ ਗਾਣਾ ਬਣ ਜਾਵੇ ਵੀ ਗਾਣਾ ਬਹੁਤ ਵਧੀਆ ਤਾਂ ਪਾ ਲਓ, ਪਰ ਹਾਂ ਰਣਜੋਤ ਵੀਰੇ ਦਾ ਗਾਣਾ ਜਿਹੜਾ ਉਹ ਟੋਮੀ, ਇਹ ਗਾਣਾ ਆਲਰੇਡੀ ਮੇਰੇ ਕੋਲ ਪਿਛਲੇ ਸਾਲ ਦਾ ਪਿਆ, ਤੇ ਇਹ ਗਾਣਾ ਬਹੁਤ ਵਧੀਆ ਸੀ, ਇਹ ਅਸੀਂ ਇਸ ਗਾਣੇ ਲਈ ਅਸੀਂ ਸਿਚੁਏਸ਼ਨ ਬਣਾਈ ਐਕਚੁਅਲੀ, ਜਿੱਦਾਂ ਇਹਨੂੰ ਕਹਿੰਦੇ ਨੇ ਵੀ ਗਾਣੇ ਲਈ ਸਿਚੁਏਸ਼ਨ ਬਣਾਉਣਾ, ਇਹ ਗਾਣੇ ਲਈ ਸਿਚੁਏਸ਼ਨ ਬਣਾਈ ਗਈ, ਅਦਰਵਾਈਜ਼ ਜਿਹੜੇ ਬਾਕੀ ਸਾਰੇ ਗਾਣੇ ਆ ਫਿਲਮ ਦੇ ਵਿੱਚ ਆ, ਉਹ ਸਾਰੇ ਗਾਣੇ ਜਿਹੜੇ ਆ ਉਹ ਅਸੀਂ ਫਿਲਮ ਦੇ ਹਿਸਾਬ ਨਾਲ ਬਣਾਏ, ਇਹ ਗਾਣਾ ਹੀ ਬਹੁਤ ਵਧੀਆ ਸੀ ਰਣਜੋਤ ਵੀਰੇ ਦਾ, ਇਸ ਕਰਕੇ ਸਿਚੁਏਸ਼ਨ ਬਣਾਉਣੀ ਪਈ। ਓਕੇ ਓਕੇ ਓਕੇ, ਤੇ ਮੈਂ ਚਾਹੂੰਗਾ ਭਾਜੀ ਅਗਰ ਤੁਸੀਂ ਥੋੜੀ ਇਜਾਜ਼ਤ ਹੋਵੇ ਤਾਂ ਤੁਸੀਂ ਇੱਕ ਵਾਰੀ ਦੋ ਲਾਈਨਾਂ ਸੁਣਾਓ ਜ਼ਰੂਰ। ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੋਮੀ ਦੀਆਂ ਜੀਨਾਂ ਨੀ। ਤੇ ਭਾਜੀ ਇੱਕ ਲਾਸਟ ਜਾਂਦੇ ਆਂਦੇ ਤੁਹਾਡੇ ਤਿੰਨਾਂ ਕੋਲੋਂ ਕਿ ਮੈਨੂੰ ਇਹ ਦੱਸੋ, ਇੱਕ ਇੱਕ ਸਿਰਫ ਇੱਕ ਇੱਕ ਪੁਆਇੰਟ ਦੱਸਣਾ ਹੈ ਕਿ ਛੜੇ ਬੰਦੇ ਫਿਲਮ ਕਿਉਂ ਦੇਖਣ ਜਾਣ ਤੇ ਵਿਆਹੇ ਬੰਦੇ ਕਿਉਂ ਫਿਲਮ ਦੇਖਣ ਜਾਣ? ਕਿਉਂਕਿ ਕਹਾਣੀ ਭਾਜੀ ਛੜਿਆਂ ਦੀ ਤੇ ਵਿਆਹਾਂ ਦੀ, ਐਕਚੁਅਲੀ ਜਿਹੜਾ ਟ੍ਰੇਲਰ ਚ ਜੱਗੀ ਭਾਈ ਨੇ ਕੱਟਿਆ ਨਾ ਜਿਸ ਹਿਸਾਬ ਨਾਲ, ਹਾਂਜੀ, ਉਹ ਮੈਨੂੰ ਲੱਗਦਾ ਕਿ ਕਹਾਣੀ ਸਿਰਫ ਛੜਿਆਂ ਦੀ ਜਾਂ ਛੜੇ ਦੇ ਦੁਆਲੇ ਆ, ਪਰ ਨਹੀਂ, ਇਸ ਤਰ੍ਹਾਂ ਵਿਆਹ ਹੀ ਵਿਆਹ ਨੇ,
ਇਸ ਫਿਲਮ ਦੇ ਅੰਤ ਦੇ ਵਿੱਚ ਵੀ ਇਸ ਨੋਟ ਤੇ ਛੱਡੀ ਜਾਂਦੀ ਆ ਵੀ ਤੁਹਾਡੀ ਮਰਜ਼ੀ ਆ ਤੁਸੀਂ ਕਿੱਧਰ ਨੂੰ ਜਾਣਾ, ਅਸੀਂ ਤੁਹਾਨੂੰ ਸਾਰੇ ਹੱਲ ਦੱਸਦੇ ਹਾਂ, ਵਿਕਲਪ ਤੁਹਾਨੂੰ ਮਿਲ ਗਏ ਆ, ਹੁਣ ਤੁਹਾਡੀ ਮਰਜ਼ੀ ਆ ਤੁਸੀਂ ਕਿੱਧਰ ਨੂੰ ਜਾਣਾ। ਸੋ ਮੈਨੂੰ ਲੱਗਦਾ ਜਿਹਨਾਂ ਦੇ ਵਿਆਹ ਹੋਏ ਜਾਂ ਨਹੀਂ ਹੋਏ ਜਾਂ ਜਿਹੜੇ ਫੈਮਿਲੀ ਦੇ ਨਾਲ ਜਾਣਗੇ ਫਿਲਮ ਦੇਖਣ ਜਾਂ ਛੜੇ ਜਾਂ ਛੜੀਆਂ ਜਾਣਗੇ ਸਾਨੂੰ ਦੇਖਣ, ਮੈਨੂੰ ਲੱਗਦਾ ਉਹਨਾਂ ਨੂੰ ਬਹੁਤ ਪਸੰਦ ਆਊਗਾ। ਬਸ ਮੇਰੀ ਵੀ ਔਰ ਉਹਦੇ ਨਾਲ ਨਾਲ ਆਪਣਾ ਮਤਲਬ ਛੜਾ ਆਇਆ ਤਾਂ ਜਿਹੜਾ ਸਾਡੇ ਪੰਜਾਬ ਦਾ ਮਤਲਬ ਬਹੁਤ ਮੇਨ ਕਰੈਕਟਰ ਹੈ, ਕਿਉਂਕਿ ਅੰਗਰੇਜ਼ੀ ਚ ਛੜੇ ਦਾ ਕੋਈ ਵਰਡ ਹੀ ਨਹੀਂ ਹੁੰਦਾ ਨਾ ਹਿੰਦੀ ਚ ਹੁੰਦਾ, ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਕਲਚਰ ਦੇ ਛੜੇ ਹੈ, ਸੋ ਉਹ ਮੈਨੂੰ ਲੱਗਦਾ ਸਪੈਸ਼ਲ ਚੀਜ਼ ਹੈ ਫਿਲਮ। ਭਾਜੀ ਇੱਕ ਵਾਰ ਜਾਂਦੇ ਜਾਂਦੇ ਆਪਾਂ ਸਾਰੇ ਇਕੱਠੇ ਕਹੀਏ, ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ। ਹਾਂਜੀ ਕਹੋ ਜੀ, 1, 2, 3 ਬਹੁਤ ਅੱਛੇ, ਸ਼ੁਕਰੀਆ ਭਾਜੀ, ਸ਼ੁਕਰੀਆ ਨੀਰੂ ਜੀ ਇਸ ਸਾਰੀ ਗੱਲਬਾਤ ਵਾਸਤੇ, ਥੈਂਕ ਯੂ। ਆਈ ਹੋਪ ਕਿ 21 ਜੂਨ ਨੂੰ ਜਿਹੜੀ ਫਿਲਮ ਰਿਲੀਜ਼ ਹੋ ਰਹੀ ਆ ਛੜਾ, ਨੀਰੂ ਜੀ ਦੀ ਜਗਦੀਪ ਭਾਈ ਦੁਆਰਾ ਲਿਖੀ ਅਤੇ ਡਾਇਰੈਕਟ ਕੀਤੀ ਹੋਈ, ਦਲਜੀਤ ਭਾਜੀ ਉਹਦੇ ਵਿੱਚ ਨੇ, ਅਤੇ ਬਹੁਤ ਜ਼ਿਆਦਾ ਹਿੱਟ, ਸੁਪਰ ਡੁਪਰ ਹਿੱਟ 'ਚ ਜਾਵੇ ਅਤੇ ਸਾਨੂੰ ਬਹੁਤ ਜ਼ਿਆਦਾ ਐਂਟਰਟੇਨ ਕਰੇ। ਤਾਂ ਇਹ ਸਨ ਦਲਜੀਤ ਦੋਸਾਂਝ, ਨੀਰੂ ਬਾਜਵਾ ਅਤੇ ਜਗਦੀਪ ਸਿੱਧੂ ਜੀ ਜਿਨ੍ਹਾਂ ਦੀ ਫਿਲਮ ਆ ਰਹੀ ਹੈ ਜੀ ਛੜਾ, ਅਤੇ 21 ਜੂਨ ਨੂੰ ਜ਼ਰੂਰ ਜ਼ਰੂਰ ਦੇਖਣ ਜਾਇਓ। ਅਗਰ ਟ੍ਰੇਲਰ ਨਹੀਂ ਦੇਖਿਆ ਤਾਂ ਟ੍ਰੇਲਰ ਜ਼ਰੂਰ ਜ਼ਰੂਰ ਦੇਖੋ ਅਤੇ ਇੰਜੋਏ ਜ਼ਰੂਰ ਕਰਿਓ। ਦਿਸ ਇਜ਼ ਯੋਰ ਅਪਨਾਰ ਜੇ ਪੁਨੀਤ, ਨਾਓ ਸਾਈਨਿੰਗ ਆਫ।